ਜਿਹਦਾ ਸੱਚੇ ਦਰਬਾਰ ਵਿੱਚ ਹੈ। ਪਰ ਮੇਰੇ ਮੰਮੀ ਦੇ ਹੱਥ ਤੇ ਇੱਕ ਬਹੁਤ ਵੱਡੀ ਰਸੋਈ ਸੀ ਜਿਹੜੀ ਕਾਫੀ ਸਾਲਾਂ ਤੋਂ ਸੀ, ਔਰ ਉਹ ਜਿੱਦਾਂ ਉਹ ਸੀਜ਼ਨ ਚੇਂਜ ਹੁੰਦਾ ਸੀ ਮੇਰੇ ਮੰਮੀ ਦੇ ਬਹੁਤ ਦਰਦ ਹੁੰਦੀ ਸੀ, ਬਹੁਤ ਜ਼ਿਆਦਾ ਦਰਦ ਹੁੰਦੀ ਸੀ। ਫਿਰ ਉਹਨੂੰ ਬਹੁਤ ਦਿਖਾਇਆ ਸੀ ਪਰ ਓਪਰੇਸ਼ਨ ਦੇ ਇਲਾਵਾ ਤਾਂ ਕੋਈ ਇਲਾਜ ਨਹੀਂ ਸੀ ਕਹਿੰਦੇ। ਅਤੇ ਫਿਰ ਬਾਬਾ ਜੀ ਨੇ ਬਿਨਾਂ ਓਪਰੇਸ਼ਨ ਤੋਂ ਉਹਨੂੰ ਠੀਕ ਕਰ ਦਿੱਤਾ, ਉਹ ਆਪਣੇ ਆਪ ਅੰਦਰ ਚਲੀ ਗਈ ਹੈ ਔਰ